अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके को ऑन कर लीजिए फॉर फ्यूचर अपडेट्स के लिए हेलो फ्रेंड्स आप जी मेरे यूट्यूब चैनल में बहुत बहुत स्वागत है सो आज की वीडियो के डिस्कस करा एक लेटेस्ट अपडेट जो आई है मेरी जो मैरीटो स्कूल दिन पोस्टा निकलियां ਦੋਨੋਂ ਚੈੱਕ ਕਰਨ ਦੇ ਲਈ ਤੁਸੀਂ ਜਿਹੜੀ ਐਜੂਕੇਸ਼ਨ ਕੁਇਰਮੈਂਟ ਦੀ ਆਫੀਸ਼ੀਅਲ ਵੈਬਸਾਈਟ ਹੈ 댓 ਵਨ ਇਜ਼ ਐਜੂਕੇਸ਼ਨ ਕੁਇਰਮੈਂਟ ਬੋਰਡ.com ਤੇ ਤੁਸੀਂ ਵਿਜ਼ਿਟ ਕਰਨਾ ਹੈ ਵਿਜ਼ਿਟ ਕਰਨ ਤੋਂ ਬਾਅਦ ਇੱਥੇ ਦੇਖੋ ਜੀ ਮੈਰੀਟੋਰੀਅਸ ਜਿਹੜੇ ਲੈਕਚਰਰਸ ਦੇ ਡੀਪੀਜ਼ ਇਹ ਪੋਸਟਾਂ ਨਿਕਲੀਆਂ ਦਾ ਲਿੰਕ ਹੈਗਾ ਜੀ ਤੁਸੀਂ ਉਹਦੇ ਉੱਪਰ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਉਸੇ ਸਪੇਸ ਤੇ ਵਿਜ਼ਿਟ ਕਰੋਗੇ ਇੱਥੇ ਦੇਖੋ ਜੀ ਆ ਇੱਕ ਅਪਡੇਟ ਹੋਈ ਹੈ ਲੇਟਰ ਜੋ ਕਿ 26 ਤਰੀਕ ਦੀ ਹੈ ਕੋਰਿੰਗਮ ਰਿਗਾਰਡਿੰਗ ਮੈਰੀਟੋਰੀਅਸ ਲੈਕਚਰਰਸ ਐਂਡ ਡੀਪੀ ਰਿਕੁਇਰਮੈਂਟ ਤੁਸੀਂ ਉਹਦੇ ਉੱਪਰ ਕਲਿੱਕ ਕਰਨਾ ਇੱਕ ਤੁਹ ਸੋ ਇਹ ਹੈ ਜੀ ਇਹ ਨੋਟਿਸ ਇਹਦੇ ਵਿੱਚ ਹੈ ਕਿ ਹੈ ਜੀ ਸ਼ੋਧ ਪੱਤਰ ਦੇ ਵਿੱਚ ਇਹਦੇ ਵਿੱਚ ਹੈ ਕਿ ਮੈਂ ਤੁਹਾਨੂੰ ਦਨ ਡਿਫਾਈਨ ਕਰ ਦਿੰਨਾ ਹੈ ਕਿ ਕਾਫੀ ਜ਼ਿਆਦਾ ਜਿਹੜੇ ਕੈਂਡੀਡੇਟਸ ਸੇ ਪੋਸਟਾਂ ਵਾਸਤੇ ਅਪਲਾਈ ਕਰਦੇ ਪਏ ਸੀਗੇ ਇਹਨਾਂ ਨੇ ਨਾ ਗਾਈਡਲਾਈਨਸ ਵਿੱਚ ਲਿਖਿਆ ਸੀ ਕਿ ਤੁਸੀਂ ਆਪਣੇ ਜਿਹੜੇ ਸਰਟੀਫਿਕੇਟਸ ਦੀਆਂ ਕਾਪੀਆਂ ਹਨ ਉਹ ਬੋਰਡ ਨੂੰ ਡਿਪੋਜ਼ਿਟ ਕਰਾਉਣੀਆਂ ਸੋ ਜ਼ੈ ਰਿਗਾਰਡਿੰਗ ਹੈ ਜੀ ਇੱਥੇ ਦੱਸਿਆ ਹੋਇਆ ਹੈ ਕਿ ਮਿਤੀ 10 10 2000 ਨੂੰ ਮੈਰੀਟੋਰੀਅ ਸੋਸਾਇਟੀ ਅਧੀਨ ਠੀਕ ਹੈ ਜੀ ਪੋਸਟਾਂ ਨਿਕਲੀਆਂ ਸੀ ਅਖਬਾਰ ਵਿੱਚ ਆਇਆ ਸੀ ਜੋ ਰਜਿਸਟਰਡ ਆਡੀ ਆਨਲਾਈਨ ਸੀ ਇੱਥੇ ਹੁਣ ਧਿਆਨ ਦਿਓ ਜੀ ਥ ਇਹ ਇਤਿਹਾਰ ਦੇ ਕਾਲਮ ਨੰਬਰ 8 ਵਿੱਚ ਸਰਟੀਫਿਕੇਟ ਦੀਆਂ ਅਟੈਸਟਡ ਫੋਟੋਕਾਪੀਆਂ ਭੇਜਣ ਦੀ ਮੰਗ ਕੀਤੀ ਗਈ ਸੀ ਹੁਣ ਵਿਭਾਗ ਵੱਲੋਂ ਦਿੱਤੇ ਇਤਿਹਾਰ ਵਿੱਚ ਛੋਧ ਕਰਕੇ ਸਪਸ਼ਟ ਕੀਤਾ ਜਾਂਦਾ ਹੈ ਕਿ ਮੌਜੂਦ ਹਾਲਾਤਾਂ ਨੂੰ ਮੰਨਦੇ ਨਜ਼ਰ ਰੱਖਦੇ ਹੋਏ ਜਦ ਕਿ ਹਾਲਾਤ ਪਹਿਲੇ ਵੀ ਉਹੀ ਸੀਗੇ ਹੁਣ ਵੀ ਹਾਲਾਤ ਚੇਂਜ ਨਹੀਂ ਹੋਏ ਬਟ ਆਈ ਡੋਨਟ ਨੋ ਕਿ ਬੋਰਡ ਕੀ ਕਰਦਾ ਹੈ ਦੇਖੋ ਜੀ ਮੈਂ ਇੱਕ ਤੁਹਾਡੇ ਤੁਹਾਡੇ ਕੋ ਆਪਣਾ ਪਰਸਨਲ ਥਿਊ ਦੇਣਾ ਚਾਹੁੰਦਾ ਹੈ ਆਨਲਾਈਨ ਫਾਰਮ ਦਾ मीनिंग ਇਹ ਹੁੰਦਾ ਹੈ ਕਿ ਵਿਦੇ ਵਿੱਚ ਕੋਈ ਵੀ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਤੁਸੀਂ ਘਰ ਬੈਠੇ ਫਾਰਮ ਨੂੰ ਫਿਲ ਕਰਨਾ ਹੈ ਜੋ ਵੀ ਤੁਹਾਡੇ ਸਰਟੀਫିକੇਟਸ ਵੈਰਾ ਹੈਗੇ ਆ ਲਿੰਕ ਬਣ ਜਾਂਦੇ ਆ ਅਪਲੋਡ ਲਿੰਕ ਬਣ ਜਾਂਦੇ ਆ ਤੁਸੀਂ ਉਹਦੇ ਵਿੱਚ ਆਪਣਾ ਸਰਟੀਫਿਕੇਟ ਅਪਲੋਡ ਕਰੋ ਉਹ ਬੋਰਡ ਕੋ ਪੁੱਜ ਗਿਆ ਇੱਥੇ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੁੰਦੀ ਆਈ ਡੋਨਟ ਨੋ ਕਿ ਸਾਡੇ ਪੰਜਾਬ ਵਾਲੇ ਜਿਹੜੀ ਵੀ ਇਹ ਬਣਾਉਂਦੇ ਨੇ ਸਾਡੇ ਫੇਮਸ ਪਰਸਨੈਲਿਟੀ ਜਿਹੜੇ ਆਈਏਐਸ ਆਈਪੀਐਸ ਆਫੀਸਰਸ ਹੁੰਦੇ ਆ ਕਿਸ ਤਰ੍ਹਾਂ ਇਹਨਾਂ ਨੇ ਕੀਤਾ ਹੋਇਆ ਆਈ ਡੋਨਟ ਨੋ ਕਿ ਇਹਨਾਂ ਦਾ ਪ੍ਰੋਸੀਜਰ ਮੈਂ ਖੁਦ ਬੈਕਐਂਡ ਤੇ ਕੰਮ ਕਰਦਾ ਹਾਂ ਕੋਈ ਵੀ ਚੀਜ਼ ਆਪਾਂ ਰੈਡੀ ਕਰਦੇ ਹਾਂ ਉਹ ਆਪਾਂ ਸਾਰਾ ਜੋ ਡਿਟੇਲ ਹੈ ਪਰਸਨ ਕੋ ਲੈਣੇ ਸਾਰੇ ਡੀਟੇਲ ਸਾਡੇ ਕੋ ਬੈਕਐਂਡ ਵਿੱਚ ਆ ਜਾਂਦੀ ਹੈ ਦੈਨ ਬੈਕਐਂਡ ਦੇ ਅਕੋਰਡਿੰਗ ਆਪਾਂ ਸਾਰਾ ਡਾਟਾ ਜਿਹੜਾ ਉਹ ਸਾਰਟ ਕਰ ਲੈਣੇ ਆ ਮਟਾਈ ਨੋ ਨੋ ਕਿ ਕਿਦਾਂ ਕੰਮ ਕਰਦੇ ਆ ਇਹ ਹਾਲਾਤ ਪਹਿਲੇ ਵੀ ਸੇਮ ਸੀ ਫਰੈਂਡਸ ਚਲੋ ਮੈਂ ਟਾਣਾ ਪੁਆਇੰਟ ਸ਼ੇਅਰ ਕਰਨਾ ਸੀ ਮੈਂ ਟਾਣਾ ਸ਼ੇਅਰ ਕੀਤਾ ਹੈ ਜੀ ਅਪਲਾਈ ਕਰਨ ਵਾਲੋਂ ਕਿਸੇ ਵੀ ਸਰਟੀਫਿਕੇਟ ਦਸਤਾਵੇਜ਼ ਦੀਆਂ ਫੋਟੋ ਕਾਪੀਆਂ ਵਿਭਾਗ ਨੂੰ ਨਾ ਭੇਜਣ ਠੀਕ ਹੈ ਜੀ ਕੋਈ ਵੀ ਤੁਸੀਂ ਜਿਹੜੇ ਉਹਨਾਂ ਨੇ ਪਹਿਲੇ ਕਿਹਾ ਸੀਗਾ ਕਿ ਤੁਸੀਂ ਆਫਟਰ ਫਿਲਿੰਗ ਦਾ ਫਾਰਮ ਜਿਹੜੇ ਤੁਹਾਡੀ ਫੋਟੋ ਕਾਪੀਸ ਵੈਰਾ ਹੈਗੀਆਂ ਸਰਟੀਫਿਕੇਟਸ ਵੈਰਾ ਦੀਆਂ ਉਹ ਤੁਸੀਂ ਬੋਰਡ ਨੂੰ ਭੇਜਣੀ ਆ ਬੋਰਡ ਕੋ ਸਬਮਿਟ ਕਰਾਉਣੀ ਆ ਠੀਕ ਹੈ ਜੀ ਹੁਣ ਇਹ ਤੁਸੀਂ ਕੋਈ ਵੀ ਉਹਨਾਂ ਨੂੰ ਨਈ ਫੋਟੋਕਾਪੀਆਂ ਸੈਂਡ ਕਰਨੀਆਂ ਠੀਕ ਹੈ ਜੀ ਦਸਤਾਵੇਜ਼ ਫੋਰ ਠੀਕ ਹੈ ਜੀ ਸਿਕਿਉਰਿਟੀ ਸਮੇ ਜਦੋਂ ਡਰਾਪ ਹੋਣਾ ਹੈ ਜਦੋਂ ਤੁਹਾਡੀ ਸਿਲੈਕਸ਼ਨ ਵੈਰਾ ਹੋਣੀ ਆ ਜੋ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਵੈਰਾ ਹੋਣਾ ਹੈ ਤਾਂ ਅਦੋਂ ਤੁਸੀਂ ਇਹ ਸਾਰੇ ਡਾਕੂਮੈਂਟਸ ਵੈਰਾ ਉੱਥੇ ਠੀਕ ਹੈ ਜੀ ਚੈੱਕ ਵੈਰਾ ਕਰਾਉਣੇ ਆ ਵੈਰੀਫਾਈ ਕਰਾਉਣੇ ਆ ਤਾਂ ਬਾਕੀ ਸ਼ਰਤਾਂ ਤੇ ਬੰਨਾ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਬਾਕੀ ਜੋ ਵੀ ਰੂਲਸ ਐਂਡ ਰੈਗੂਲੇਸ਼ਨ ਟਰਮਸ ਐਂਡ ਕੰਡੀਸ਼ਨ ਆ ਐਸ ਇਟ ਇਜ਼ ਪਹਿਲੇ ਵਰਗੀਆਂ ਰਹਿਣਗ ਸੋ ਇਹ ਸੀ ਫਰੈਂਡਸ ਲੇਟੈਸਟ ਅਪਡੇਟ ਜੋ ਕਿ ਡਾਇਰੈਕਟਰ ਸਿੱਖਿਆ ਪਰਤੀ ਡਾਇਰੈਕਟਰ ਪੰਜਾਬ ਵੱਲੋਂ ਆਈ ਸੀ ਤਾਂ ਬਾਕੀ ਤੁਸੀਂ ਇਹਨਾਂ ਦੇ ਕੰਮ ਦੇਖ ਹੀ ਰਹੇ ਹੋ ਜੀ ਕਿੱਦਾਂ ਦੇ ਕੰਮ ਹੈ ਤੁਸੀਂ ਵੀ ਜ਼ਰੂਰ ਆਪਣਾ ਪਰਸਨਲ ਵੀਊ ਦਿਓ ਕਿ ਆ ਸਹੀ ਹੈ ਜਾਂ ਗਲਤ ਹੈ ਬਟ ਮੇਰੇ ਅਕੋਰਡਿੰਗ ਤਾਂ ਇਹ ਜਿਹੜਾ ਇਹਨਾਂ ਨੇ ਮੰਗੀਆਂ ਸੀਗੀਆਂ ਇਹ ਆਨਲਾਈਨ ਇਹਨਾਂ ਨੂੰ ਵੈਬਸਾਈਟ ਦੇ ਵਿੱਚ ਇੱਕ ਲਿੰਕ ਬਣਾਉਣਾ ਚਾਹੀਦਾ ਸੀਗਾ ਅਪਲੋਡ ਥਿਸ ਸਰਟੀਫਿਕੇਟ ਅਪਲੋਡ ਥਿਸ ਸਰਟੀਫਿਕੇਟ ਦਨ ਨਾਲ ਦੇ ਨਾਲ ਹੀ ਕੰਮ ਸਾਰਾ ਹੋ ਜਾਂਦਾ ਹੈ ਸੋ ਫਰੈਂਡਸ ਇਸ ਦੇ ਰਿਗਾਰਡਿੰਗ ਹੋਰ ਕੋਈ ਵੀ ਤੁਹਾਡਾ ਕੁਰੀ ਦਾ ਕੁਐਸ਼ਨ ਹੁੰਦਾ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛਣਾ ਤੇ ਜੋ ਮੈਂ ਤੁਹਾਨੂੰ ਇੱਕ ਇਥੇ ਪ੍ਰੋਬਲਮ ਸ਼ੇਅਰ ਕੀਤੀ ਆ ਤੁਹਾਡੇ ਨਾਲ ਉਹਦਾ ਮੈਂ ਸੋਲੂਸ਼ਨ ਦੱਸਿਆ ਉਸ ਦੇ ਰਿਗਾਰਡਿੰਗ ਤੁਹਾਡਾ ਕੀ ਵਿਊ ਹੈ ਉਹ ਵੀ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਣਾ ਹੋ ਸਕੇ ਤਾਂ ਵੀਡੀਓ ਨੂੰ ਜ਼ਰੂਰ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ so that in future ਜਿਹੜੀਆਂ ਵੀ ਇਦਾਂ ਦੀਆਂ ਲੇਟੈਸਟ ਅਪਡੇਟਸ ਆਉਂਦੀਆਂ ਨੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲਦਾ ਰਹੇ so thank you friends watching this video and for your valuable time